ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸੈਰ ਸਪਾਟੇ ਦੀ ਮਹੱਤਤਾ ਬਾਰੇ ਵੀ ਜ਼ਿਕਰ ਕੀਤਾ ਇਸ ਦੌਰਾਨ ਉਹਨਾਂ ਸੈਰ ਸਪਾਟੇ ਦੇ ਵਿਕਾਸ ਲਈ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਲੋਕਾਂ ਦਾ ਜ਼ਿਕਰ ਵੀ ਕੀਤਾ ਚੀਜ਼ਾਂ ਜਾਂ ਸਥਾਨਾਂ ਨੂੰ ਸਾਖਸ਼ਾਤ ਖੁਦ ਦੇਖਣਾ ਸਮਝਣਾ ਔਰ ਕੁਝ ਪਲ ਉਹਨਾਂ ਜੀਣਾ ਇੱਕ ਅਲੱਗ ਹੀ ਅਨੁਭਵ ਦਿੰਦਾ ਹੈ ਕੋਈ ਸਮੁੰਦਰ ਦਾ ਕਿਤਨਾ ਹੀ ਵਰਣਨ ਕਰ ਦੇ ਲੇਕਿਨ ਹਮ ਸਮੁੰਦਰ ਨੂੰ ਦੇਖੇ ਬਿਨਾ ਉਸ ਦੀ ਵਿਸ਼ਾਲਤਾ ਮਹਿਸੂਸ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰੀ ਖੇਤਰ ਦੀ ਦੇਸ਼ ਵਿੱਚ ਮਹੱਤਤਾ ਦਾ ਜ਼ਿਕਰ ਕਰਦਿਆਂ ਇਸ ਦੇ ਵਿਕਾਸ ਵਿੱਚ ਆਮ ਲੋਕਾਂ ਦੀ ਭੂਮਿਕਾ ਦਾ ਵਿਸਥਾਰ ਚ ਜ਼ਿਕਰ ਕੀਤਾ ਇਸ ਦੌਰਾਨ ਸਾਂਝੇ ਤੌਰ ਤੇ ਡੇਰੀ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ ਬਨਾਸ ਡੇਰੀ ਏਸ਼ੀਆ ਦੀ ਸਭ ਤੋਂ ਵੱਡੀ ਡੇਰੀ ਮੰਨੀ ਜਾਂਦੀ ਹੈ ਯਹਾਂ ਹਰ ਰੋਜ਼ ਔਸਤਨ 75 ਲੱਖ ਲੀਟਰ ਦੁੱਧ ਪ੍ਰੋਸੈਸ ਕੀਤਾ ਜਾਂਦਾ ਹੈ ਇਸ ਕੇ ਬਾਅਦ इसे दूसरे राज्यों में भी भेजा जाता है दूसरे राज्यों में यहां के दूध की समय पर डिलीवरी हो इसके लिए अभी तक टैंकर या फिर मिल्क ट्रेनों का सहारा लिया जाता था ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਤਿਹਾਰਾਂ ਦੇ ਮੌਸਮ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਉਹਨਾਂ ਸਾਰਿਆਂ ਨੂੰ ਰਖੜੀ ਦੀ ਅਗਾਉ ਵਧਾਈ ਦਿੰਦਿਆਂ ਇਸ ਖੁਸ਼ੀ ਦੇ ਤਿਹਾਰ ਮੌਕੇ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਮੁੜ ਯਾਦ ਕਰਾਇਆ ਉਹਨਾਂ ਇਸ ਨੂੰ ਆਤਮ ਨਿਰਪਰ ਭਾਰਤ ਦੀ ਮੁਹਿੰਮ ਦੱਸਦਿਆਂ ਦੇਸ਼ ਵਾਸੀਆਂ ਨੂੰ ਇਸ ਵਿੱਚ ਆਪਣਾ ਸਹਿਯੋਗ ਦੇਣ ਦਾ ਸੱਦਾ ਦਿੱਤਾ ਹਮੇ ਸਭੀ ਕੋ ਰਕਸ਼ਾ ਬੰਧਨ ਕੀ ਵੀ ਅਗ੍ਰਿਮ ਸ਼ੁਭਕਾਮਨਾਇ ਪਰਵ ਉલ્લાਸ ਕੇ ਸਮੇ ਹਮੇ वोकल फॉर लोकल के मंत्र को भी याद रखना है आत्मनिर्भर भारत ये अभियान हर देशवासी का अपना अभियान है